ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡਾ ਆਪਣਾ ਪਵਨ ਸਿੰਘ ਮਾਈ ਟੀ ਵੀ ਦੇ ਸਟੂਡੀਓ ਦੀ ਅੱਜ ਗ੍ਰੈਂਡ ਓਪਨਿੰਗ ਦੇ ਵਿੱਚ ਦੂਰੋਂ ਦੂਰੋਂ ਪੁੱਜੀਆਂ ਸ਼ਖਸੀਅਤਾਂ ਦੇ ਨਾਲ ਤੁਹਾਡੀ ਇੰਟਰੋਡਕਸ਼ਨ ਕਰਾ ਰਿਹਾ ਹਾਂ। ਉਸ ਦੇ ਨਾਲ ਹੀ ਮੈਂ ਅੱਜ ਮਾਈ ਟੀ ਵੀ ਦੇ ਸਟੂਡੀਓ ਦੇ ਵਿੱਚ ਸਾਡੇ ਬਹੁਤ ਹੀ ਅਜ਼ੀਜ਼ ਲੋਕਲ ਜਿਨ੍ਹਾਂ ਦੀ ਕਮਿਊਨਿਟੀ ਨੂੰ ਕਾਫੀ ਦੇਣ ਨੇ, ਕਮਿਊਨਿਟੀ ਦੇ ਵਿੱਚ ਸਰਗਰਮ ਵੀ ਰਹਿੰਦੇ ਨੇ, ਸਾਡੇ ਨਾਲ ਇਸ ਸਮੇਂ ਸਟੂਡੀਓ ਦੇ ਵਿੱਚ ਪਹੁੰਚ ਚੁੱਕੇ ਨੇ ਡਾਕਟਰ ਜਤਿੰਦਰ ਸਿੰਘ ਜੀ ਮਾਨ। ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਤਾਂ ਮੈਂ ਮਾਈ ਟੀ ਵੀ ਦੀ ਟੀਮ ਵੱਲੋਂ ਸਾਡੇ ਨਵੇਂ ਬਣੇ ਸਟੂਡੀਓ ਦੇ ਵਿੱਚ ਆਪ ਜੀ ਦਾ ਸਵਾਗਤ ਕਰਦਾ ਹਾਂ, ਅਤੇ ਨਾਲ ਹੀ ਮੈਂ ਆਪਣੇ ਵਿਊਅਰਸ ਨੂੰ ਦੱਸ ਦੇਣਾ ਚਾਹਾਂਗਾ ਕਿ ਤੁਸੀਂ ਪੋਲੀਟੀਕਲੀ ਆਪਣੇ ਆਪ ਨੂੰ ਕਾਫੀ ਐਕਟਿਵ ਰੱਖਦੇ ਹੋ, ਨੌਲੇਜ ਰੱਖਦੇ ਹੋ, ਅਮੈਰੀਕਨ ਕੌਂਸਟੀਟਿਊਸ਼ਨ ਦੀ ਤੁਸੀਂ ਸਟੱਡੀ ਕੀਤੀ ਹੋਈ ਆ, ਔਰ ਬਹੁਤ ਡੀਪਲੀ ਤੁਸੀਂ ਜਿਹੜਾ ਅਮੈਰੀਕਨ ਪੋਲੀਟੀਕਲ ਐਕਟਿਵਿਜ਼ਮ ਹੈ ਉਹਦਾ ਇੱਕ ਹਿੱਸਾ ਹੋ ਤੁਸੀਂ, ਅਤੇ ਸਾਡੇ ਮਾਈ ਟੀ ਵੀ ਦੇ ਵਿਊਅਰਸ ਨੂੰ ਤੁਸੀਂ ਕੀ ਦੱਸਣਾ ਚਾਹੋਗੇ, ਕਿਵੇਂ ਦਾ ਫੀਲ ਹੋ ਰਿਹਾ ਤੁਹਾਨੂੰ ਇੱਥੇ ਆ ਜਾ ਕੇ, ਅਤੇ ਜਿਹੜਾ ਇਹ ਮਾਈ ਟੀ ਵੀ ਹੈ ਜੋ ਇਸਦਾ ਮਿਸ਼ਨ ਹੈ, ਇਸ ਦੇ ਵਿੱਚ ਤੁਸੀਂ ਕੀ ਆਪਣੀ ਜਿਹੜੀ ਹੈ ਉਹ ਕੀ ਇਹਦੇ ਵਿੱਚ ਤੁਸੀਂ ਪਾਉਣਾ ਚਾਹੋਗੇ, ਕੀ ਕੱਢਣਾ ਚਾਹੋਗੇ, ਕੀ ਵਿਊਅਰਸ ਨੂੰ ਕੀ ਮੈਸੇਜ ਭੇਜਣਾ ਚਾਹੁੰਦੇ ਹੋ ਤੁਸੀਂ? ਥੈਂਕ ਯੂ ਪਵਨ ਸਿੰਘ ਜੀ ਫੋਰ ਦੀ ਇੰਟਰੋਡਕਸ਼ਨ। ਮੈਂ ਇੱਥੇ ਅੱਜ ਮਾਈ ਟੀ ਵੀ ਦੀ ਸਟੂਡੀਓ ਦੀ ਉਦਘਾਟਨ ਵਾਸਤੇ ਇਹਨਾਂ ਨੂੰ ਔਰ ਸਾਰੀ ਟੀਮ ਨੂੰ ਵੱਡੀ ਵਧਾਈ ਦੇਣਾ ਅਤੇ ਵਧਾਈ ਦੇਣ ਵਾਸਤੇ ਹੀ ਅੱਜ ਸ਼ਾਮਿਲ ਹੋਇਆ। ਮੈਂ ਇਹਨਾਂ ਦਾ ਸ਼ੁਕਰਗੁਜ਼ਾਰ ਹਾਂ ਕਿ ਇਹਨਾਂ ਨੇ ਮੈਨੂੰ ਇੱਥੇ ਆਉਣ ਦਾ ਸੱਦਾ ਦਿੱਤਾ। ਮੈਂ ਇਸ ਟੀਮ ਦੇ ਨਾਲ ਇਹਨਾਂ ਦਾ ਜੋ ਮਿਸ਼ਨ ਹੈ ਉਹਦੇ ਬਾਰੇ ਗੱਲਬਾਤ ਕਰ ਰਿਹਾ ਸੀ, ਔਰ ਜੋ ਮੇਰੀ ਸਮਝ ਹੈ, ਅੰਡਰਸਟੈਂਡਿੰਗ ਹੈ, ਇਹਨਾਂ ਦਾ ਮਿਸ਼ਨ ਕੁਛ ਐਸਾ ਹੈ ਜਿਹੜਾ ਕਿ ਮੇਰੇ ਆਪਣੇ ਦਿਲ ਦੇ ਵੀ ਬੜਾ ਕਰੀਬ ਹੈ, ਕਿ ਆਪਣੀਆਂ ਸਰੋਤਿਆਂ ਨੂੰ ਅਮਰੀਕਾ 'ਚ ਬੈਠੇ ਹਾਂ, ਅਮਰੀਕਾ ਦੇ ਬਾਰੇ ਇਹਨਾਂ ਨੂੰ ਸਮਝਾਇਆ ਜਾਵੇ, ਨਵੀਆਂ ਗੱਲਾਂ ਦੱਸੀਆਂ ਜਾਣ ਜਿਹੜੀਆਂ ਕਿ ਕੁਛ ਨੂੰ ਪਤਾ ਹੋਣਗੀਆਂ, ਕੁਛ ਨੂੰ ਨਹੀਂ ਪਤਾ ਹੋਣਗੀਆਂ। ਔਰ ਨਾਲ ਹੀ ਅਸੀਂ ਇਹ ਵੀ ਚਾਹੁੰਦੇ ਹਾਂ ਕਿ ਸਾਡੀ ਕਮਿਊਨਿਟੀ ਬਾਰੇ, ਇਹ ਮੁਲਕ ਜਿਹਨੂੰ ਕਿ ਅਸੀਂ ਅਪਣਾਇਆ ਹੈ ਅਤੇ ਅਸੀਂ ਇੱਥੋਂ ਦੇ ਨਾਗਰਿਕ ਹਾਂ, ਅਮਰੀਕਾ ਨੂੰ ਵੀ ਸਾਡੇ ਬਾਰੇ, ਸਿੱਖ ਕਮਿਊਨਿਟੀ ਬਾਰੇ ਵੱਧ ਤੋਂ ਵੱਧ ਆਗਾਹ ਕੀਤਾ ਜਾਵੇ ਕਿ ਅਸੀਂ ਕੌਣ ਹਾਂ, ਅਸੀਂ ਕਿਹਨਾਂ ਚੀਜ਼ਾਂ 'ਚ ਬਿਲੀਵ ਕਰਦੇ ਹਾਂ, ਔਰ ਕਿਵੇਂ ਸਾਡਾ ਅਤੇ ਅਮਰੀਕਾ ਦੇ ਫਾਊਂਡਿੰਗ ਫਾਦਰ ਦਾ ਅਤੇ ਸਾਡੇ ਫਾਊਂਡਿੰਗ ਫਾਦਰ ਦਾ ਜਿਹੜੇ ਕਿ ਗੁਰੂ ਸਾਹਿਬਾਨ ਨੇ, ਇਹਨਾਂ ਦੇ ਅਮਰੀਕਾ ਦੇ ਫਾਊਂਡਿੰਗ ਫਾਦਰ ਵੀ ਵਿਚਾਰਧਾਰਾ ਵਿੱਚ ਕਾਫੀ ਚੀਜ਼ਾਂ ਅਨੁਕੂਲ ਨੇ, ਔਰ ਉਹ ਜਿੱਥੋਂ ਤੱਕ ਇਹ ਤਾਲਮੇਲ ਵਧਾਇਆ ਜਾ ਸਕਦਾ ਹੈ, ਮੇਰਾ ਇਹੋ ਮਿਸ਼ਨ ਹੈ ਔਰ ਵੈਬ ਟੀ ਵੀ ਦਾ ਵੀ ਇਹੋ ਮਿਸ਼ਨ ਹੈ। ਸੋ ਮੈਨੂੰ ਬੜੀ ਖੁਸ਼ੀ ਹੈ ਕਿ ਅੱਜ ਅਸੀਂ ਇੱਥੇ ਬੈਠੇ ਹਾਂ, ਅੱਜ ਵੈਬ ਟੀ ਵੀ ਦਾ ਨਵਾਂ ਸਟੂਡੀਓ ਇਨੋਗਰੇਟ ਜਾਂ ਸ਼ੁਰੂ ਹੋ ਰਿਹਾ, ਅਤੇ ਵੀ ਹੋਪ, ਅਸੀਂ ਆਸ ਰੱਖਦੇ ਹਾਂ ਕਿ ਵੈਬ ਟੀ ਵੀ ਆਪਣੇ ਮਿਸ਼ਨ ਵਿੱਚ ਜ਼ਬਰਦਸਤ ਕਾਮਯਾਬੀ ਹਾਸਲ ਕਰੇਗਾ ਅਤੇ ਇਸ ਦਾ ਮਿਸ਼ਨ ਦਿਨ ਦੁੱਗਣੀ ਅਤੇ ਰਾਤ ਚੌਗਣੀ ਤਰੱਕੀ ਕਰੇਗਾ। ਕਿਆ ਬਾਤ ਹੈ ਜੀ, ਤੁਹਾਡੀਆਂ ਸ਼ੁਭੇਸ਼ਾਵਾਂ ਜੋ ਨੇ ਉਹ ਸਾਡੇ ਨਾਲ ਨੇ, ਮਾਈ ਟੀ ਵੀ ਦੀ ਟੀਮ ਨੂੰ ਮਿਲ ਰਹੀਆਂ ਨੇ, ਬਹੁਤ ਹੀ ਖੁਸ਼ੀ ਦੀ ਗੱਲ ਹੈ। ਨਾਓ ਆਈ ਵੁੱਡ ਲਾਈਕ ਟੂ ਗੋ ਹਰ ਐਂਡ ਸ਼ਿਫਟ ਮਾਈ ਗੀਅਰ ਟੁਵਰਡਸ ਦ ਸਿੱਖ ਯੂਥ। ਸੋ ਸਿੰਸ ਯੂ ਸਪੀਕ ਦੇਅਰ ਲੈਂਗੁਏਜ, ਯੂ ਆਰ ਏਬਲ ਟੂ ਬੈਟਲ ਬੈਟਰ ਐਕਸਪਲੇਨ ਇਟ, ਯੂ ਆਰ ਬੈਟਰ ਏਬਲ ਟੂ ਅੰਡਰਸਟੈਂਡ ਦੇਅਰ ਇਸ਼ੂਜ, ਦੇਅਰ ਪੁਆਇੰਟ ਆਫ ਵਿਊ, what would is one message, one quick message that you would like to pass on to the Sikh youth, whether it's a social change, whether it's something politically, whether it's educationally, what would you like to tell the Sikh youth? Pavan Singh ji, tusi sawal bada mushkil puchhe hai, what one thing is most important, te dimag vich inne idea jehde ne oh ਕੁਰਬਲ ਕੁਰਬਲ ਕਰਦੇ ਨੇ ਕਿ ਉਹਨਾਂ 'ਚੋਂ ਇੱਕ ਸਭ ਤੋਂ ਜ਼ਿਆਦਾ ਇੰਪੋਰਟੈਂਟ ਕਿਹੜਾ ਹੈ ਉਹ ਮੇਰੇ ਲਈ ਚੁਣਨਾ ਬੜਾ ਮੁਸ਼ਕਲ ਹੈ। ਤੁਸੀਂ ਇੱਦਾਂ ਕਰੋ, ਸਾਨੂੰ ਆਪਣੇ ਟਾਪ 3 ਦੱਸ ਦਿਓ, ਉੱਪਰਲੇ 3 ਜਿਹੜੇ ਸਭ ਤੋਂ ਕਹਿੰਦੇ ਆ ਜਿਹੜੀ ਕਰੀਮ ਲਾ ਰਹੀ ਹੈ ਉਹ ਨਾ, ਤੁਸੀਂ ਕਰੀਮ ਲਾ ਕੇ 3 ਆਈਡੀਆ ਸਾਨੂੰ ਪੇਸ਼ ਕਰ ਦਿਓ ਜੋ ਸਿੱਖ ਯੂਥ ਤੱਕ ਪਹੁੰਚ ਜਾਵੇ ਤੁਹਾਡਾ ਮੈਸੇਜ, ਅਤੇ ਮੈਂ ਚਾਹਾਂਗਾ ਕਿ ਤੁਸੀਂ ਜਿਹੜਾ ਮੈਸੇਜ ਹੈ ਅੰਗਰੇਜ਼ੀ ਦੇ ਵਿੱਚ ਦਿਓ ਤਾਂ ਕਿ ਉਹਨਾਂ ਨੂੰ ਵੀ ਸਮਝ ਆ ਸਕੇ। ਓਕੇ, ਦ ਸਿੱਖ ਯੂਥ ਇਨ USA, ਦਿਸ ਇਜ਼ ਸਪੈਸੀਫਿਕਲੀ intended for or directed towards them. First and foremost, please recognize that if you are dissatisfied with your gurudwaras and your Sikh leaders'
deficiencies in addressing matters that are important to the youth. We apologize for that, but please also, you have to cut us some slack because we are new. We are first generation in the USA. We had to carry burdens that no other generation, in my mind, ever did. We had to start from a clean slate, establish ourselves in a foreign environment. We had to establish ourselves. We had to also provide some financial support to families back home, and we had to provide for the next generation, the children, which is now becoming youth that I'm addressing today. So yes, we have been negligent, but there have been at least mitigating factors. That's the message I want you to hear. And number two, many of us are focused on this, and the youth's collective sense feeling that they have been neglected, we are acutely aware of it, and we are working hard to address it. Number three, we can only address it successfully if we get cooperation from the youth, which entails the youth getting more involved in the Gurdwaras, and you will find that there is a much more welcoming situation there than, say, a generation ago or 15, 20 years ago. You connect with us, we are dying to connect with you. Kya baat hai. Aur teeji cheez jehdi hai? Sorry? Would you like to go ahead and say one more thing to share with the youth? One more thing, well then, that is a topic hopefully I have discussed with the management of my TV. It will come up more in greater details in the coming weeks and months and years, hopefully. I believe that our youth is intelligent and very capable, but like all youth, I was once a youth too. Teenagers and people in the young 20s, they think they know everything. Believe me, you know a lot, but not everything. ਲਓ ਜੀ, ਇਸ ਦੇ ਨਾਲ ਹੀ ਅਸੀਂ ਡਾਕਟਰ ਸਾਹਿਬ ਹੁਣਾਂ ਦਾ ਨਿੱਘਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੇ ਕੋਲ ਇੱਥੇ ਅੱਜ ਹਾਜ਼ਰੀ ਭਰੀ ਹੈ। ਅਤੇ ਡਾਕਟਰ ਸਾਹਿਬ, ਕਿਉਂ ਨਾ ਆਪਾਂ ਹੋਰ ਵੀ ਜਿਹੜੀਆਂ ਸ਼ਖਸੀਅਤਾਂ ਆਈਆਂ ਨੇ ਉਹਨਾਂ ਨੂੰ ਬਾਹਰ ਜਾ ਕੇ ਮਿਲਦੇ ਹਾਂ, ਅਤੇ ਇਸ ਦੇ ਨਾਲ ਹੀ ਵਿਊਅਰਸ ਦਾ ਵੀ ਥੈਂਕ ਯੂ ਕਰਦੇ ਹਾਂ। ਥੈਂਕ ਯੂ ਫੋਰ ਸਟੇਇੰਗ ਵਿਦ ਅਸ, ਸਟੇ ਇਨ ਟੱਚ।